ਵਾਲੇਕੁਮ ਅਸਲਾਮ ਭਾਈ, ਅਲਹਮਦੁਲਿਲਾ ਜੀ, ਅੱਲਾ ਦਾ ਬਹੁਤ ਸ਼ੁਕਰ ਹੈ ਭਾਈ। ਭਜਨ ਕਣਕ ਆਈ ਹੋਈ ਮਾਸ਼ਾਅੱਲਾ ਨਵੀਂ, ਹਾਂਜੀ, ਕੀ ਸੂਰਤ ਹਾਲ ਦੇਖਦੇ ਪਏ ਹੋ ਭਾਈ? ਮਾਸ਼ਾਅੱਲਾ ਜੀ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਹੁਣ ਸੀਜ਼ਨ ਆ ਅਤੇ ਗੰਦਮ ਜਿਹੜੀ ਆ ਉਹ ਤੜਾ ਤੜ ਆ ਰਹੀ ਆ, ਅਤੇ ਬਾਰਿਸ਼ਾਂ ਵੀ ਚੁੱਕੇ ਵਿੱਚੋਂ ਹੋਣ ਲੱਗ ਗਈਆਂ ਸੀਗੀਆਂ, ਅਤੇ ਜਿਹਦੀ ਵਜ੍ਹਾ ਤੋਂ ਇੱਕ ਤਾਂ ਗੰਦਮ ਜਿਹੜੀ ਆ ਉਹ ਲੇਟ ਬਹੁਤ ਹੋ ਗਈ, ਉੱਤੋਂ ਜਿਹੜਾ ਨਾ ਜੀ ਰੋਜ਼ੇ ਆ ਗਏ ਸੀਗੇ, ਫਿਰ ਉਹ ਰੀਤ ਦਾ ਕਰਕੇ ਵੀ ਲੇਟ ਹੋ ਗਈ। ਹੁਣ ਵੀ ਕਦੀ ਮੌਸਮ ਜਿਹੜਾ ਵਾ ਉਹ ਕਦੀ ਠੀਕ ਹੋ ਜਾਂਦਾ, ਕਦੀ ਖਰਾਬ, ਫਿਰ ਉਹ ਉਸੇ ਤਰ੍ਹਾਂ ਹੀ ਹੋ ਜਾਂਦਾ। ਅਤੇ ਕੁਛ ਜਿਹੜਾ ਨਾ ਜੀ ਗੰਦਮ ਇਸ ਵਜ੍ਹਾ ਤੋਂ ਵੀ ਕਾਫੀ ਜ਼ਿਆਦਾ ਮੰਡੀਆਂ ਦੇ ਅੰਦਰ ਜਿਹੜਾ ਨਾ ਜੀ ਸਾਡੇ ਕਿਸਾਨਾਂ ਨੇ ਰੋਕ ਕੀਤਾ ਕਿ ਗੌਰਮੈਂਟ ਨੇ ਗੰਦਮ ਦਾ ਰੇਟ ਜਿਹੜਾ ਸੀਗਾ ਉਹ ਮੁਕਰਰ ਕਰ ਦਿੱਤਾ, ਲੇਕਿਨ ਗੌਰਮੈਂਟ ਨੇ ਰੇਟ ਲਿਆ, ਯਾਨੀ ਕਿ ਗੰਦਮ ਲਈ ਕੋਈ ਨਹੀਂ। ਬਾਰਦਾਨਾ ਜਿਹੜਾ ਵਾ ਉਹ ਵੀ ਕਿਸਾਨਾਂ ਨੂੰ ਸਮਝੋ ਕਿ ਕਿਸ਼ਤਾਂ ਦੇ ਨਾਲ ਮਿਲਦਾ ਪਿਆ, ਤਰੀਕਾਂ ਦੇ ਦਿੱਤੀਆਂ ਜਾਂਦੀਆਂ, ਜਿਵੇਂ ਆਪਣਾ ਜੱਜ ਦੇ ਦਿੰਦਾ ਕਿ ਅੱਜ ਨਹੀਂ, ਅੱਜ ਇਹ ਮਹੀਨੇ ਤੋਂ ਬਾਅਦ ਦੁਬਾਰਾ ਜਿਹੜੀ ਉਹਨਾਂ ਦੀ ਹੋਏਗੀ ਅਪੀਲ ਹੋਏਗੀ, ਜਾਂ ਦੁਬਾਰਾ ਜਿਹੜੀ ਇਹਨਾਂ ਦੀ ਡੇਟ ਦੇ ਦਿੱਤੀ ਜਾਂਦੀ। ਬਾਰਦਾਨੇ ਦੇ ਹਵਾਲੇ ਨਾਲ ਵੀ ਇਹਨਾਂ ਨੂੰ ਡੇਟਾਂ ਦਿੱਤੀਆਂ ਜਾ ਰਹੀਆਂ, ਅਤੇ ਕੁਛ ਉਸ ਵਜ੍ਹਾ ਤੋਂ ਵੀ ਜਿਹੜਾ ਨਾ ਗੰਦਮ ਕਾਫੀ ਜ਼ਿਆਦਾ ਡਾਊਨ ਆ ਰਹੀ ਆ, ਅਤੇ ਰੇਟ ਜਿਹੜਾ ਵਾ ਉਹ ਫਿਲਹਾਲ ਮੰਡੀਆਂ ਦੇ ਅੰਦਰ ਜਿਹੜਾ ਚੱਲ ਰਿਹਾ ਵਾ ਤਕਰੀਬਨ 3300 3400, ਬਹੁਤ ਅੱਛੀ ਜਿਹੜੀ ਆ ਉਹ 3500 3550 ਤੱਕ ਹੋ ਜਾਂਦੀ ਸੇਲ, ਬਾਕੀ ਜਿਸ ਤਰ੍ਹਾਂ ਦੀ ਜਿਹੜੀ ਕੁਆਲਿਟੀ ਆ ਉਸੇ ਤਰ੍ਹਾਂ ਦਾ ਉਹਦਾ ਰੇਟ ਹੁੰਦਾ। ਅਤੇ ਕੀ ਅੱਗੇ ਰੇਟ ਵਧੇਗਾ ਕੋਈ ਕਿ ਘਟੇਗਾ? ਦੇਖੋ ਜੀ, ਫਿਲਹਾਲ ਤਾਂ ਜਿਹੜਾ ਵਾ ਰੇਟ ਡਾਊਨ ਆ, ਅਤੇ ਆਊਟ ਸੀਜ਼ਨ ਜਿਸ ਤਰ੍ਹਾਂ ਕਿ ਦੂਸਰੀਆਂ ਜਿੰਨੀਆਂ ਵੀ ਜਿਨਸਾਂ ਵਾ ਉਹਨਾਂ ਦਾ ਆਊਟ ਸੀਜ਼ਨ ਰੇਟ ਵੱਧਦਾ ਹੁੰਦਾ, ਹੋ ਸਕਦਾ ਵਾ ਕਹਿੰਦਾ ਵੀ ਰੇਟ ਜਿਹੜਾ ਆਊਟ ਸੀਜ਼ਨ ਵੱਧ ਜਾਵੇ। ਇੱਦਾਂ ਤਾਂ ਨਹੀਂ ਲੱਗਦਾ ਪਿਆ ਕਿ ਸਰੋਂ ਵਾਲਾ ਹਿਸਾਬ ਹੋਵੇ ਆਊਟ ਸੀਜ਼ਨ ਹੋਰ ਘੱਟ ਜਾਵੇ? ਦੇਖੋ ਜੀ, ਸਰੋਂ ਜਿਹੜੀ ਹੈ ਨਾ ਉਹ ਜ਼ਰਾ ਹੋਰ ਚੀਜ਼ ਆ, ਇਹ ਗੰਦਮ ਜਿਹੜੀ ਹੈ ਇਹਨੂੰ ਇਹ ਜ਼ਖੀਰਾਂਦੋਜ਼ੀ ਦੇ ਅੰਦਰ ਆ ਜਾਂਦੀ ਆ, ਅਤੇ ਮੈਂ ਤਾਂ ਵੈਸੇ ਹਮੇਸ਼ਾ ਜਿਹੜਾ ਵਾ ਦੋਸਤਾਂ ਨੂੰ ਇਹੀ ਕਿਹਾ ਕਿ ਗੰਦਮ ਨੂੰ ਕਦੀ ਸਟਾਕ ਨਾ ਕਰੋ, ਕਿਉਂਕਿ ਹਰ ਗਰੀਬ ਨੇ ਵੀ ਖਾਣੀ, ਅਮੀਰ ਨੇ ਵੀ ਖਾਣੀ, ਇਹ ਹਰ ਚੀਜ਼ ਜ਼ਖੀਰਾਂਦੋਜ਼ੀ ਵੈਸੇ ਇਸਲਾਮ ਦੇ ਜਿਹੜਾ ਵਾ ਉਹ ਜਾਇਜ਼ ਨਹੀਂ ਹੈ। ਉਹ ਦੇਖੋ ਜੀ, ਉਹਨਾਂ ਦਾ ਤਾਂ ਅੱਲਾਹ ਤਾਲਾ ਦਾ ਮਾਮਲਾ, ਆਪਾਂ ਆਪਣਾ ਖੁਦ ਦਾ ਜਵਾਬ ਦੇਣਾ। ਅੱਛਾ, ਇਹ 'ਚ ਇਹ ਦੱਸਿਓ ਕਿ ਕਣਕ ਦੀ ਐਤਕੀ ਪੈਦਾਵਾਰ ਬਹੁਤ ਜ਼ਿਆਦਾ ਵਾ, ਮਾਸ਼ਾਅੱਲਾ ਬਹੁਤ, ਕਹਿੰਦੇ ਪਏ ਜੀ ਬਾਅਦ 'ਚੋਂ ਰੇਟ ਵੱਧ ਜਾਏਗਾ, ਗੋਦਾਮ ਤਾਂ ਹਕੂਮਤ ਨੇ ਬਾਹਰੋਂ ਕਣਕ ਮੰਗਾ ਕੇ ਫੁੱਲ ਕਰ ਲਏ ਆ, ਹਾਂਜੀ, ਅਤੇ ਉਹਨਾਂ ਕੋਲ ਤਾਂ ਪਹਿਲੇ ਹੀ ਹੈਗੀ, ਬਾਅਦ 'ਚੋਂ ਵਧਣ ਦਾ ਮਤਲਬ ਕਿ ਬਾਅਦ 'ਚੋਂ ਕਿਹਨੇ ਖਰੀਦਣੀ? ਬਾਅਦ 'ਚ ਇਹ ਹੈ ਨਾ ਕਿ ਫਿਰ ਮਿੱਲਾਂ ਵਾਲਿਆਂ ਨੂੰ ਦੇ ਦਿੱਤੇ ਜਾਣਗੇ, ਕਿਉਂਕਿ ਹੁਣ ਗੰਦਮ ਇਸ ਟਾਈਮ ਨਵੀਂ ਆ ਰਹੀ ਆ, ਕੋਈ ਵੀ ਜਿਹੜੀ ਜਿਨਸ ਹੁੰਦੀ ਨਾ ਜਿਸ ਟਾਈਮ ਉਹ ਆ ਰਹੀ ਹੁੰਦੀ ਉਸ ਟਾਈਮ ਦੇ ਉੱਤੇ ਉਹਦਾ ਰੇਟ ਘੱਟ ਹੁੰਦਾ, ਜਿਸ ਤਰ੍ਹਾਂ ਹੀ ਆਊਟ ਸੀਜ਼ਨ ਹੁੰਦਾ ਉਹਦਾ ਰੇਟ ਵੱਧ ਜਾਂਦਾ। ਕਣਕ ਗਿੱਲੀ ਤਾਂ ਨਹੀਂ ਆ ਰਹੀ? ਨਹੀਂ, ਹੁਣ ਤਾਂ ਮਾਸ਼ਾਅੱਲਾ ਬਿਹਤਰੀਨ ਆ ਰਹੀ ਆ, ਬਲਕਿ ਹੁਣ ਹਰ ਪਾਸੇ ਤਕਰੀਬਨ ਥਰੈਸ਼ਰਾਂ ਚੱਲ ਗਈਆਂ ਜਾਂ ਮੌਸਮ ਵੀ ਜ਼ਬਰਦਸਤ ਹੋ ਗਿਆ ਆ। ਅਸਲ 'ਚ ਬੇਸ਼ੱਕ ਤੁਸੀਂ ਹਾਰਵੈਸਟਰ ਦੀ ਕਢਾ ਲਓ ਅਤੇ ਬੇਸ਼ੱਕ ਤੁਸੀਂ ਗੰਦ ਉਹਦੀ ਲੈ ਲਓ ਥਰੈਸ਼ਰ ਦੀ, ਜਿਹੜੀ ਸਾਫ਼ ਹੋਏਗੀ ਦੋਵਾਂ ਦੇ 'ਚੋਂ ਰੇਟ ਉਹਦਾ ਹੀ ਅੱਛਾ ਲੱਗੇਗਾ।